ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਤੁਹਾਡੇ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ 'ਤੇ ਸਵਾਗਤ ਹੈ। ਅੱਜ ਤੁਹਾਡੇ ਸਾਹਮਣੇ ਅਸੀਂ ਕਿਸੇ ਦੂਸਰੇ ਸਿਰ 'ਤੇ ਤੁਸੀਂ ਕਿਵੇਂ ਪੇਚਾਂ ਵਾਲੀ ਪਟਿਆਲਾ ਸ਼ਾਹੀ ਪੱਗ ਦੀ ਪੱਗ ਬੰਨ ਸਕਦੇ ਹੋ ਉਸ ਦੀ ਵੀਡੀਓ ਲੈ ਕੇ ਆਏ, ਜਿਸ ਦੀ ਲੈਂਥ 7.5 ਮੀਟਰ ਹੈ। ਕੱਪੜਾ ਫੁੱਲ ਵੈਲ। ਪਹਿਲਾਂ ਜਿਹੜਾ ਆਪਣੇ ਲੜ ਨੂੰ ਚੰਗੀ ਤਰ੍ਹਾਂ ਬੈਗ ਤੋਂ ਪਿੰਚ ਕਰਕੇ ਪੂਣ ਦਾ ਖੁੱਲ੍ਹਦਾ ਪਾਸਾ ਰੱਖਾਂਗੇ, ਪੂਣ ਦਾ ਖੁੱਲ੍ਹਦਾ ਪਾਸਾ ਥੱਲੇ ਰੱਖ ਕੇ ਅਤੇ ਬੰਦ ਪਾਸਾ ਉੱਤੇ ਲੜ ਨੂੰ ਚੰਗੀ ਤਰ੍ਹਾਂ ਹਾਫ ਤੋਂ ਫੋਲਡ ਕਰਕੇ ਲੜ ਨੂੰ ਪੂਰਾ ਜਿੱਥੋਂ ਆਪਾਂ ਨੇ 50 ਦੀ ਗੱਠ ਮਾਰੀ ਸੀ ਉੱਥੋਂ ਉੱਤੋਂ ਲਿਆ ਕੇ ਸੈਂਟਰ 'ਚੋਂ ਲਿਆ ਕੇ ਆਪਾਂ ਨੇ ਪੂਰਾ ਸਾਫ਼ ਕਰਕੇ ਲਗਾਉਣਾ ਹੈ। ਜਿਹੜਾ ਅਗਲਾ ਲੜ ਲਗਾਉਣਾ, ਅਗਲਾ ਲੜ ਲੜ ਨੂੰ ਚੰਗੀ ਤਰ੍ਹਾਂ ਬੈਗ ਤੋਂ ਪਿੰਚ ਕਰ ਲੈਣਾ, ਪੂਣੀ ਦਾ ਖੁੱਲ੍ਹਦਾ ਪਾਸਾ ਰੱਖਣਾ ਅਤੇ ਬੰਦ ਪਾਸਾ ਉੱਤੇ ਲੜ ਨੂੰ ਚੰਗੀ ਤਰ੍ਹਾਂ ਇੱਕ ਵਾਰ ਫੋਲਡ ਕਰ ਲੈਣਾ। ਇੱਕ ਵਾਰ ਫੋਲਡ ਕਰਨ ਤੋਂ ਬਾਅਦ ਉਸਨੂੰ ਚੰਗੀ ਤਰ੍ਹਾਂ ਦੂਜੀ ਵਾਰ ਫੋਲਡ ਕਰਕੇ ਜਿੰਨਾ ਤੁਸੀਂ ਉਸਦਾ ਫਾਸਲਾ ਰੱਖ ਲਗਾਉਣਾ ਚਾਹੁੰਦੇ ਹੋ ਉਨਾ ਫਾਸਲਾ ਰੱਖ ਕੇ, ਉਨਾ ਚੌੜਾ ਕਰਕੇ ਲੜ ਨੂੰ ਰੱਖ ਕੇ ਆਪਣੇ ਲਗਾ ਦੇਣਾ ਹੈ, ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ। ਅੱਜ ਤੁਹਾਨੂੰ ਕਿਸੇ ਹੋਰ ਦੇ ਸਿਰ 'ਤੇ ਆਪਾਂ ਪੱਗ ਬੰਨਣੀ ਦੱਸਾਂਗੇ। ਉਸ ਤੋਂ ਬਾਅਦ ਜਿਹੜਾ ਆਪਣੇ ਸਫਾਈ ਕਰਨੀ ਹੈ ਉਹ ਨਾਲ ਦੀ ਨਾਲ ਪੇਚਾਂ ਦੀ ਕਰ ਲੈਣੀ ਹੈ। ਹਲਕਾ ਹਲਕਾ ਵਾਜ ਫਿਰ ਕੇ ਆਪਾਂ ਨੇ ਲੜ ਦੀ ਸਫਾਈ ਕਰ ਲੈਣੀ ਹੈ। ਜਿਹੜਾ ਅਗਲਾ ਲੜ ਲਗਾਉਣਾ, ਲੜ ਨੂੰ ਚੰਗੀ ਤਰ੍ਹਾਂ ਬੈਗ ਤੋਂ ਪਿੰਚ ਕਰਨਾ ਹੈ, ਪੂਣੀ ਦਾ ਖੁੱਲ੍ਹਦਾ ਫਾਸਲਾ ਲਿਖਣਾ ਅਤੇ ਬੰਦ ਪਾਸ ਉੱਤੇ ਲੜ ਨੂੰ ਚੰਗੀ ਤਰ੍ਹਾਂ ਕੰਨ ਤੱਕ ਪੂਰਾ ਖੋਲ੍ਹ ਲੈਣਾ ਹੈ। ਕੰਨ ਤੱਕ ਖੋਲ੍ਹਣ ਤੋਂ ਬਾਅਦ ਉਸਨੂੰ ਇੱਕ ਵਾਰ ਫੋਲਡ ਕਰ ਲੈਣਾ ਹੈ। ਇੱਕ ਵਾਰ ਫੋਲਡ ਕਰਨ ਤੋਂ ਬਾਅਦ ਉਸਨੂੰ ਥੱਲੇ ਨੂੰ ਖਿੱਚ ਕੇ ਉੱਪਰੋਂ ਸੈੱਟ ਕਰਕੇ ਦੂਜੀ ਵਾਰ ਫੋਲਡ ਕਰਕੇ ਟਾਈਟ ਕਰਕੇ ਚੰਗੀ ਤਰ੍ਹਾਂ ਜਿੰਨਾ ਤੁਸੀਂ ਉੱਥੇ ਚੌੜਾ ਕਰਕੇ ਲਗਾਉਣਾ ਚਾਹੁੰਦੇ ਹੋ ਉਨਾ ਚੌੜਾ ਕਰਕੇ ਆਪਣੇ ਲੜ ਨੂੰ ਟਾਈਟ ਕਰਕੇ ਲਗਾ ਦੇਣਾ ਹੈ, ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ। ਜਿੰਨਾ ਫਾਸਲਾ ਰੱਖ ਕੇ ਲਾਉਣਾ ਚਾਹੁੰਦੇ ਉਨਾ ਫਾਸਲਾ ਸੈੱਟ ਕਰਕੇ ਆਪਣੇ ਲੜ ਨੂੰ ਲਗਾ ਦੇਣਾ ਹੈ। ਉਸ ਤੋਂ ਬਾਅਦ ਜਿਹੜੇ ਆਪਾਂ ਪੇਚਾਂ ਦੀ ਸਫਾਈ ਕਰਨੀ ਉਹ ਨਾਲ ਦੀ ਨਾਲ ਕਰਾਂਗੇ। ਬਾਅਦ ਦੀ ਮਦਦ ਨਾਲ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ। ਜਿੰਨਾ ਉਹਦਾ ਆਪਣਾ ਫਾਸਲਾ ਰੱਖਾਂਗੇ ਉਨਾ ਫਾਸਲਾ ਰੱਖ ਕੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਆਪਣੇ ਲਗਾਉਣਾ ਹੈ। ਜਿਹੜਾ ਅਗਲਾ ਲੜ ਲਗਾਉਣਾ, ਅਗਲਾ ਲੜ ਫਿਰ ਉਸੇ ਤਰ੍ਹਾਂ ਲੜ ਨੂੰ ਚੰਗੀ ਤਰ੍ਹਾਂ ਪੂਣੀ ਦਾ ਖੁੱਲ੍ਹਦਾ ਪਾਸਾ ਥੱਲੇ ਰੱਖਣਾ ਅਤੇ ਬੰਦ ਪਾਸਾ ਉੱਤੇ ਲੜ ਨੂੰ ਉੱਤੋਂ ਚੰਗੀ ਤਰ੍ਹਾਂ ਬੈਗ ਤੋਂ ਲਿਆ ਕੇ ਜਿਹੜੇ ਆਪਾਂ ਨੇ ਜਿਹੜਾ ਉਸ ਤੋਂ ਪਹਿਲਾਂ ਲੜ ਲਗਾਇਆ ਉਸ ਤੋਂ ਥੱਲੇ ਰੱਖ ਕੇ ਆਪਾਂ ਨੇ ਇਹ ਲੜ ਲਗਾਉਣਾ ਹੈ। ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ, ਉਸ ਤੋਂ ਬਾਅਦ ਆਪਾਂ ਨੇ ਇੱਕ ਵਾਰ ਲੜ ਨੂੰ ਫੋਲਡ ਕਰਕੇ ਦੂਸਰੀ ਵਾਰ ਥੱਲੇ ਨੂੰ ਖਿੱਚ ਕੇ ਚੰਗੀ ਤਰ੍ਹਾਂ ਲੜ ਨੂੰ ਉੱਤੋਂ ਸੈੱਟ ਕਰਕੇ ਆਪਾਂ ਨੇ ਦੂਸਰੀ ਵਾਰ ਲੜ ਨੂੰ ਫੋਲਡ ਕਰਕੇ ਆਪਾਂ ਨੇ ਲਗਾਉਣਾ ਹੈ, ਜਿਵੇਂ ਕਿ ਵੀਡੀਓ ਵਿੱਚ ਦੇਖ ਰਹੇ ਹੋ। ਜਿੰਨਾ ਤੁਸੀਂ ਫਾਸਲਾ ਰੱਖਣਾ ਚਾਹੁੰਦੇ ਉਨਾ ਫਾਸਲਾ ਰੱਖ ਕੇ ਆਪਣੇ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਲਗਾ ਦੇਣਾ ਹੈ। ਚੰਗੀ ਤਰ੍ਹਾਂ ਫਾਸਲਾ ਸੈੱਟ ਕੇ ਸਫਾਈ ਕਰਕੇ ਨਹੀਂ ਆਪਾਂ ਦੀ ਪੇਚਾਂ ਦੀ ਸਫਾਈ ਕਰਨੀ ਹੈ, ਪੇਚਾਂ ਦੀ ਸਫਾਈ ਨਾਲ ਦੀ ਨਾਲ ਕਰਨੀ ਹੈ। ਜੇ ਤੁਸੀਂ ਸਾਡੇ ਯੂਟਿਊਬ ਚੈਨਲ 'ਤੇ ਨਵੇਂ ਤਾਂ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਅਤੇ ਫੇਸਬੁੱਕ ਪੇਜ 'ਤੇ ਨਵੇਂ ਤਾਂ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰਿਓ। ਇਹੋ ਜਿਹੀਆਂ ਹੋਰ ਨਵੀਆਂ ਵੀਡੀਓ ਦੇਖਣ ਲਈ ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ, ਵੀ ਜਿਹੜੀਆਂ ਹੋਰ ਵੀਡੀਓ ਹੋਣ ਉਹਨਾਂ ਦੀ ਬੈੱਲ ਆਈਕਨ ਨੋਟੀਫਿਕੇਸ਼ਨ ਤੁਹਾਡੇ ਤੱਕ ਜ਼ਰੂਰ ਪਹੁੰਚ ਸਕੇ। ਚੰਗੀ ਤਰ੍ਹਾਂ ਆਪਣੇ ਪੱਗ ਨੂੰ ਪੂਰਾ ਸੈੱਟ ਕਰ ਲੈਣਾ ਹੈ।
ਜਿਹੜਾ ਅਗਲਾ ਲੜ ਲਗਾਉਣਾ ਅਗਲਾ ਲੜ ਫਿਰ ਉਸ ਤਰ੍ਹਾਂ ਲੜ ਨੂੰ ਚੰਗੀ ਤਰ੍ਹਾਂ ਬੈਗ ਤੋਂ ਪਿੰਚ ਕਰ ਲੈਣਾ ਹੈ, ਪੂਣੀ ਦਾ ਖੁੱਲ੍ਹਦਾ ਪਾਸਾ ਥੱਲੇ ਰੱਖਣਾ ਅਤੇ ਬੰਦ ਪਾਸਾ ਉੱਤੇ ਲੜ ਨੂੰ ਚੰਗੀ ਤਰ੍ਹਾਂ ਪੂਰਾ ਅੱਖ ਤੱਕ ਖੋਲ੍ਹ ਕੇ ਉਸਨੂੰ ਇੱਕ ਵਾਰ ਆਪਾਂ ਨੇ ਫਰੰਟ ਤੋਂ ਫੋਲਡ ਕਰ ਲੈਣਾ ਹੈ। ਇੱਕ ਵਾਰ ਫਰੰਟ ਤੋਂ ਫੋਲਡ ਕਰਨ ਤੋਂ ਬਾਅਦ ਆਪਾਂ ਨੇ ਉਸਨੂੰ ਥੋੜ੍ਹਾ ਥੱਲੇ ਨੂੰ ਖਿੱਚ ਕੇ ਪੂਰਾ ਸਾਫ਼ ਕਰਕੇ ਦੂਸਰੀ ਵਾਰ ਉਸਨੂੰ ਆਪਾਂ ਨੇ ਫੋਲਡ ਕਰਕੇ ਲਗਾਉਣਾ ਹੈ, ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ। ਚੰਗੀ ਤਰ੍ਹਾਂ ਆਪਾਂ ਨੇ ਸ਼ੇਪ ਸੈੱਟ ਕਰਕੇ ਲੜ ਨੂੰ ਲਗਾਉਣਾ ਹੈ। ਵੀਡੀਓ ਵਧੀਆ ਲੱਗ ਰਹੀ ਹੈ, ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਅਤੇ ਜਿਨ੍ਹਾਂ ਵੀਰਾਂ ਦੀ ਡਿਮਾਂਡ ਸੀ ਉਹਨਾਂ ਵੀਰਾਂ ਤੱਕ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ, ਵੀ ਉਹ ਇਹ ਪੱਗ ਨੂੰ ਦੇਖ ਕੇ ਆਪਣੀ ਜਿੱਥੇ ਕਿਤੇ ਉਹਨਾਂ ਨੂੰ ਪੱਗ ਬੰਨ੍ਹਣ 'ਚ ਪ੍ਰੋਬਲਮ ਆਉਂਦੀ ਹੈ ਉਹ ਇਹ ਪੱਗ ਨੂੰ ਦੇਖ ਕੇ ਆਪਣੀ ਪੱਗ ਦੀ ਸਲਿਊਸ਼ਨ ਕਰ ਸਕਣ, ਗਲਤੀ ਦਾ ਸਲਿਊਸ਼ਨ ਕਰ ਸਕਣ। ਜਿਹੜਾ ਉਸ ਤੋਂ ਬਾਅਦ ਆਪਾਂ ਨੇ ਲੜ ਦੀ ਸਫਾਈ ਕਰਨੀ ਉਹ ਨਾਲ ਦੀ ਨਾਲ ਕਰ ਲੈਣੀ ਹੈ। ਚੰਗੀ ਤਰ੍ਹਾਂ ਆਪਾਂ ਨੇ ਸਾਰੇ ਜਿਹੜੇ ਪੇਚਾਂ ਦਾ ਫਾਸਲਾ ਇੱਕੋ ਜਿਹਾ ਰੱਖ ਕੇ ਆਪਾਂ ਨੇ ਚੰਗੀ ਤਰ੍ਹਾਂ ਪੱਗ ਨੂੰ ਪੂਰਾ ਸੈੱਟ ਕਰ ਲੈਣਾ ਹੈ। ਚੰਗੀ ਤਰ੍ਹਾਂ ਆਪਣੇ ਜਿਹੜੇ ਪੇਚ ਹੋਣਗੇ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ। ਜਦੋਂ ਕਿ ਤਾਂ ਸਫਾਈ ਕਰਨੀ ਉਦੋਂ ਆਪਾਂ ਪੇਚਾਂ ਦੀ ਸਫਾਈ ਕਰ ਲੈਣੀ ਆ। ਜਿਹੜਾ ਆਪਾਂ ਨੇ ਅਗਲਾ ਲੜ ਲਗਾਉਣਾ ਅਗਲਾ ਲੜ ਲੜ ਨੂੰ ਚੰਗੀ ਤਰ੍ਹਾਂ ਆਪਾਂ ਨੇ ਪੂਣੀ ਦਾ ਜਿਹੜਾ ਖੁੱਲ੍ਹਾ ਪਾਸਾ ਉਹ ਥੱਲੇ ਰੱਖਣਾ ਅਤੇ ਬੰਦ ਪਾਸਾ ਉੱਤੇ। ਇਹ ਲੜ ਆਪਾਂ ਨੇ ਜਿਹੜੇ ਆਪਣੇ ਪੰਜਵਾਂ ਅਤੇ ਛੇਵਾਂ ਲੜ ਲਗਾਉਣਾ, ਇਹ ਲੜ ਆਪਾਂ ਨੇ ਚੰਗੀ ਤਰ੍ਹਾਂ ਪੂਰਾ ਕੰਨ ਤੋਂ ਅੱਖ ਤੱਕ ਖੋਲ੍ਹ ਕੇ ਲਗਾਉਣੇ ਨੇ, ਵੀ ਇਸ ਨਾਲ ਕੀ ਹੋਵੇਗਾ ਜਿਹੜਾ ਆਪਾਂ ਕਲਗੀ ਲੜ ਲਗਾਵਾਂਗੇ, ਕਲਗੀ ਲੜ ਲਗਾਉਣ 'ਚ ਆਪਾਂ ਨੂੰ ਕੋਈ ਦਿੱਕਤ ਨਹੀਂ ਆਊਗੀ, ਕਲਗੀ ਲੜ ਆਪਣਾ ਖਿਸਕੂ ਨਹੀਂ। ਇਹ ਫਾਇਦੇ ਹਨ ਜੇ ਆਪਾਂ ਇਹ ਦੋ ਲੜ ਚੰਗੀ ਤਰ੍ਹਾਂ ਖੋਲ੍ਹਦੇ ਹਨ। ਜਿਹੜਾ ਆਪਾਂ ਉਸ ਤੋਂ ਬਾਅਦ ਲੜ ਲਗਾਉਣਾ ਲੜ ਨੂੰ ਚੰਗੀ ਤਰ੍ਹਾਂ ਬੈਗ ਤੋਂ ਪਿੱਛੇ ਪੂਰੀ ਤਾਂ ਖੁੱਲ੍ਹਦਾ ਪਾਸਾ ਰੱਖਣਾ, ਅਤੇ ਲੜ ਨੂੰ ਚੰਗੀ ਤਰ੍ਹਾਂ ਪੂਰਾ ਅੱਖ ਤੱਕ ਖੋਲ੍ਹ ਕੇ ਇੱਕ ਵਾਰ ਪਿੱਛ ਕਰਕੇ ਸੈੱਟ ਕਰਕੇ ਆਪਾਂ ਨੇ, ਜੇ ਤੁਹਾਡਾ ਇੱਕ ਵਾਰ ਲੜ ਪਿੰਚ ਕਰੇ ਸੈੱਟ ਆ ਜਾਂਦਾ ਤਾਂ ਤੁਹਾਨੂੰ ਦੂਜੀ ਵਾਰ ਪਿੰਚ ਕਰਨ ਦੀ ਲੋੜ ਨਹੀਂ, ਚੰਗੀ ਤਰ੍ਹਾਂ ਸੈੱਟ ਕਰਕੇ ਲਗਾਉਣਾ ਹੈ ਜਿਵੇਂ ਕਿ ਵੀਡੀਓ ਵਿੱਚ ਦੇਖ ਰਹੇ ਹੋ। ਚੰਗੀ ਤਰ੍ਹਾਂ ਜਦੋਂ ਤੁਸੀਂ ਸ਼ੇਪ ਸੈੱਟ ਕਰਨੀ ਹੈ, ਸ਼ੇਪ ਸੈੱਟ ਕਰਕੇ ਲੜ ਸੈੱਟ ਕਰਕੇ ਆਪਣੇ ਲੜਾਂ ਨੂੰ ਪੂਰਾ ਸੈੱਟ ਕਰਕੇ ਲਗਾ ਦੇਣਾ ਹੈ। ਉਸ ਤੋਂ ਬਾਅਦ ਜਿਵੇਂ ਤਰ੍ਹਾਂ ਆਪਣੇ ਵਿੱਚ ਦੀ ਸਫਾਈ ਕਰ ਲੈਣੀ ਹੈ, ਉੱਤੋਂ ਵੀ ਆਪਾਂ ਸੈੱਟ ਕਰ ਲੈਣਾ ਹੈ, ਸ਼ੇਪ ਸੈੱਟ ਕਰ ਲੈਣੀ ਹੈ। ਵੀਡੀਓ ਵਧੀਆ ਲੱਗ ਰਿਹਾ, ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ, ਵੀ ਜਿੰਨਾ ਵੀਰਾਂ ਨੇ ਡਿਮਾਂਡ ਸੀ ਉਹਨਾਂ ਵੀਰਾਂ ਤੱਕ ਵੀਡੀਓ ਪਹੁੰਚ ਸਕੇ। ਚੰਗੀ ਤਰ੍ਹਾਂ ਆਪਾਂ ਨੇ ਜਿਹੜੀ ਪੱਗ ਦੀ ਹੋਰ ਸੈਟਿੰਗ ਕਰ ਲਈ ਹੈ, ਪੱਗ ਦੀ ਸਫਾਈ ਕਰ ਲੈਣੀ ਹੈ, ਲੜਾਂ ਦੀ ਸਫਾਈ ਕਰ ਲੈਣੀ ਹੈ, ਸ਼ੇਪ ਸੈੱਟ ਕਰ ਲੈਣੀ ਹੈ, ਵੀ ਆਪਣੀ ਜਿਹੜੀ ਪੱਗ ਉਹ ਪ੍ਰੋਪਰ ਦੇਖਣ 'ਚ ਪੂਰੀ ਸੋਹਣੀ ਲੱਗੇ।
ਚੰਗੀ ਤਰ੍ਹਾਂ ਪੱਗ ਦੀ ਪੂਰੀ ਸ਼ੇਪ ਸੈੱਟ ਕਰ ਲੈਣੀ ਹੈ। ਉਸ ਤੋਂ ਬਾਅਦ ਜਿਹੜੇ ਆਪਾਂ ਲੜ ਤਿੱਖੇ ਕਰਾਂਗੇ, 3D ਕਰਾਂਗੇ, ਜਿਹੜੇ ਕਿ ਆਪਾਂ ਦੇਖਣ ਪੱਗ ਨੂੰ ਦੇਖਣ ਨੂੰ ਸੋਹਣੇ ਲੱਗੇ। ਦੋਨੋਂ ਉਂਗਲੀਆਂ ਦੇ ਅੰਗੂਠੇ ਦੀ ਮਦਦ ਨਾਲ ਆਪਣੇ ਜਿਹੜੇ ਲੜ ਹੋਣਗੇ ਉਹਨਾਂ ਨੂੰ ਪਿੰਚ ਕਰ ਲੈਣਾ, ਤਿੱਖੇ ਕਰ ਲੈਣਾ ਹੈ। ਜਿਸ ਤਰ੍ਹਾਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ, ਜਿਵੇਂ ਕਿ ਚੰਗੀ ਤਰ੍ਹਾਂ ਲੜਾਂ ਨੂੰ ਪਿੰਚ ਕਰ ਲੈਣਾ ਹੈ। ਸਾਰੇ ਪਿਕਚਰ ਨੂੰ ਆਪਾਂ ਪਿੰਚ ਕਰ ਲੈਣਾ ਹੈ। ਉਸ ਤੋਂ ਬਾਅਦ ਬਾਜ ਦੀ ਮਾਤਰਾ ਨੂੰ ਸੈੱਟ ਕਰਕੇ ਸਾਫ਼ ਕਰਕੇ ਲਗਾਉਣਾ ਹੈ, ਜਿਵੇਂ ਕਿ ਵੀਡੀਓ ਵਿੱਚ ਦੇਖ ਰਹੇ ਹੋ। ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ, ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ, ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਵੀ ਤੁਹਾਨੂੰ ਵੀਡੀਓ ਕਿਵੇਂ ਲੱਗ ਰਹੀ ਹੈ ਅਤੇ ਪੱਗ ਦੀ ਵੀਡੀਓ ਕਿਵੇਂ ਲੱਗੀ। ਇਹੋ ਜਿਹੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਉਸ ਤੋਂ ਬਾਅਦ ਜਿਹੜਾ ਕਲਗੀ ਲੜ ਲਗਾਉਂਗੇ, ਪੱਗ ਪੈਰ ਨੂੰ ਆਪਾਂ ਨੇ ਨੱਕ ਦੀ ਸਿਹਤ ਵਿੱਚ ਲਗਾ ਲੈਣਾ ਹੈ, ਚੰਗੀ ਤਰ੍ਹਾਂ ਸੈੱਟ ਕਰਕੇ ਲਗਾਉਣਾ ਹੈ। ਜਿਵੇਂ ਕਿ ਵੀਡੀਓ ਵਿੱਚ ਦੇਖ ਰਹੇ ਹੋ, ਅੱਧਾ ਪੱਗ ਪੈਰ ਆਪਾਂ ਨੇ ਪੱਗ ਦੇ ਵਿੱਚ ਕਰਨਾ ਹੈ, ਅੱਧਾ ਬਾਹਰ ਰੱਖਣਾ ਹੈ। ਜਿਹੜਾ ਕਲਗੀ ਲੜ ਲਗਾਉਣਾ, ਇੱਕ ਟਾਈਪ ਦੀ ਜਿਹੜੀ ਪੂਣੀ ਬਣਾ ਕੇ ਦੋਨਾਂ ਪਾਸੇ ਤੋਂ ਚੰਗੀ ਤਰ੍ਹਾਂ ਫੋਲਡ ਕਰਕੇ, ਪੂਣੀ ਬਣਾ ਕੇ ਚੰਗੀ ਤਰ੍ਹਾਂ ਪੂਰਾ ਚੌੜਾ ਕਰਕੇ ਉੱਪਰੋਂ ਅਤੇ ਥੱਲੋਂ ਫੋਲਡ ਕਰਕੇ ਥੱਲੇ ਨੂੰ ਖਿੱਚ ਕੇ ਸਾਫ਼ ਕਰ ਲੈਣਾ ਹੈ। ਥੱਲੇ ਨੂੰ ਖਿੱਚ ਕੇ ਸਾਫ਼ ਕਰਨ ਤੋਂ ਬਾਅਦ ਉੱਪਰ ਨੂੰ ਖਿੱਚ ਕੇ ਸਾਫ਼ ਕਰ ਲੈਣਾ ਹੈ, ਚੰਗੀ ਤਰ੍ਹਾਂ ਲੜ ਨੂੰ ਪੂਰਾ ਸਾਫ਼ ਕਰ ਲੈਣਾ ਹੈ। ਅਤੇ ਜਿਹੜੇ ਪੱਗ ਕਲਗੀ ਲੜ ਦੇ ਜਿਹੜੇ ਉੱਪਰਲੇ ਪੇਜ ਵਿੱਚ ਵਲ ਹੋਣਗੇ ਉਹਨਾਂ ਨੂੰ ਆਪਣੇ ਕੱਢ ਲੈਣਾ ਹੈ। ਕੱਢ ਕੇ ਪੱਗ ਪੈਂਦੇ ਥੱਲੇ ਲਿਆ ਕੇ ਘੁਮਾ ਕੇ ਇੱਕ ਟਾਈਪ ਦੀ ਕਲਗੀ ਬਣਾ ਕੇ ਆਪਣੇ ਲਗਾ ਦੇਣਾ ਹੈ, ਜਿਵੇਂ ਕਿ ਵੀਡੀਓ ਵਿੱਚ ਦੇਖ ਰਹੇ ਹੋ। ਚੰਗੀ ਤਰ੍ਹਾਂ ਸੈੱਟ ਕਰਕੇ ਲਗਾ ਦੇਣਾ ਹੈ। ਫਿਰ ਆਪਾਂ ਉੱਪਰਲੀ ਪੇਚਾਂ ਚੰਗੀ ਤਰ੍ਹਾਂ ਸੈੱਟ ਸਫਾਈ ਕਰ ਲੈਣੀ ਹੈ। ਵੀਡੀਓ ਵਿੱਚ ਦੇਖ ਰਹੇ ਹੋ, ਫਰੰਟ ਤੋਂ ਲੈ ਕੇ ਬੈਕ ਤੱਕ ਚੰਗੀ ਤਰ੍ਹਾਂ ਆਪਣੇ ਲੜਾਂ ਨੂੰ ਸਾਫ਼ ਕਰ ਲੈਣਾ ਹੈ। ਉਸ ਤੋਂ ਬਾਅਦ ਤੁਹਾਨੂੰ ਬੈਕ ਆਪਾਂ ਸਾਫ਼ ਕਰਕੇ ਤਾਂ ਬੈਕ ਸ਼ੇਪ ਵੀ ਦਿਖਾਵਾਂਗੇ। ਫਰੰਟ ਬੈਕ ਤੋਂ ਲੈ ਕੇ ਫਰੰਟ ਤੱਕ ਆਪਣੇ ਚੰਗੀ ਤਰ੍ਹਾਂ ਬਾਜ ਨੂੰ ਫੇਰਨਾ ਹੈ, ਪਿਕਚਰ ਨੂੰ ਸਾਫ਼ ਕਰ ਲੈਣਾ ਜਿਵੇਂ ਕਿ ਵੀਡੀਓ ਵਿੱਚ ਦੇਖ ਰਹੇ ਹੋ। ਉਸ ਤਰ੍ਹਾਂ ਆਪਾਂ ਨੇ ਚੰਗੀ ਤਰ੍ਹਾਂ ਆਪਣੇ ਲੜਾਂ ਨੂੰ ਸਾਫ਼ ਕਰ ਲੈਣਾ ਹੈ।
ਚੰਗੀ ਤਰ੍ਹਾਂ ਆਪਾਂ ਨੇ ਜਿਹੜੇ ਹੋਰ ਲਾੜ ਹੋਣਗੇ ਚੰਗੀ ਤਰ੍ਹਾਂ ਲੜਾਂ ਦੀ ਸਫਾਈ ਕਰ ਲੈਣੀ ਹੈ। ਰਾਈਟ ਸਾਈਡ ਲੈਫਟ ਸਾਈਡ ਦੇ ਨਾਲ ਜਿਹੜੇ ਪੇਚ ਹੋਣਗੇ ਇੱਧਰ ਥੱਲੜੀ ਸਾਈਡ ਉਹਨਾਂ ਸਾਫ਼ ਕਰ ਲੈਣਾ। ਉਸ ਤੋਂ ਬਾਅਦ ਆਪਾਂ ਜਿਹੜਾ ਸਿਰ ਟੱਕਣਾ, ਸਿਰ ਟੱਕਣ ਲਈ ਦੋਨਾਂ ਪੱਲਿਆਂ ਨੂੰ ਆਪਾਂ ਨੇ ਪਹਿਲਾਂ ਬਰਾਬਰ ਕਰ ਲੈਣਾ ਹੈ ਖਿੱਚ ਕੇ, ਦੋਨਾਂ ਪੱਲਿਆਂ ਨੂੰ ਆਪਾਂ ਨੇ ਬਰਾਬਰ ਕਰਕੇ ਖਿੱਚ ਕੇ ਚੰਗੀ ਤਰ੍ਹਾਂ ਉਹਨਾਂ ਨੂੰ ਫੁਲਾ ਕੇ ਪਹਿਲਾਂ ਆਪਾਂ ਫਰੰਟ ਸਾਈਡ ਤੋਂ ਆਪਣਾ ਸਿਰ ਟੱਕਾਂਗੇ ਇੱਧਰ ਲੈਫਟ ਸਾਈਡ ਤੋਂ। ਉਸ ਤੋਂ ਬਾਅਦ ਜਿਹੜੇ ਆਪਣੇ ਰਾਈਟ ਸਾਈਡ ਦੇ ਪੇਜ ਹੋਣਗੇ ਉੱਧਰੋਂ ਆਪਾਂ ਨੇ ਸਿਰ ਟੱਕਣਾ ਹੈ, ਉੱਪਰਲੇ ਪੇਜ ਹੋਣਗੇ ਚੰਗੀ ਤਰ੍ਹਾਂ ਆਪਣੇ ਪੱਗ ਦੀ ਪੂਰੀ ਸੈਟਿੰਗ ਕਰ ਲੈਣੀ ਹੈ। ਜਿੱਥੋਂ ਕਿਤੋਂ ਆਪਣੇ ਪੱਗ ਵਿੱਚ ਵਾਲ ਹੋਣਗੇ ਪੱਗਾਂ ਨੂੰ ਚੰਗੀ ਪੱਗ ਵਾਲਾਂ ਨੂੰ ਚੰਗੀ ਤਰ੍ਹਾਂ ਕੱਢ ਕੇ ਆਪਣੇ ਸੈੱਟ ਕਰਕੇ ਸੈੱਟ ਕਰ ਲੈਣਾ ਹੈ ਜਿਵੇਂ ਕਿ ਵੀਡੀਓ ਵਿੱਚ ਦੇਖ ਰਹੇ ਹੋ। ਜਿਹੜੇ ਕਾਲੀ ਕਲਰ 'ਚ ਵਾਲ ਹੋਣਗੇ ਆਪਣੇ ਵਾਲਾਂ ਨੂੰ ਚੰਗੀ ਤਰ੍ਹਾਂ ਕੱਢ ਲੈਣਾ ਹੈ। ਚੰਗੀ ਤਰ੍ਹਾਂ ਆਪਣੇ ਜਿੱਥੋਂ ਕਿਤੋਂ ਆਪਣੀ ਪੱਗ ਦੀ ਸੈਟਿੰਗ ਕਰ ਲੈਣੂਗੀ ਆਪਣੇ ਆਪਣੀ ਪੱਗ ਦੀ ਸੈਟਿੰਗ ਕਰ ਲੈਣੀ ਹੈ। ਵੀਡੀਓ ਵਧੀਆ ਲੱਗ ਰਹੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਵੀ ਜਿਨ੍ਹਾਂ ਵੀਰਾਂ ਦੇ ਡਿਮਾਂਡ ਸੀ ਉਹਨਾਂ ਵੀਰਾਂ ਤੱਕ ਵੀਡੀਓ ਪਹੁੰਚ ਸਕੇ। ਜਿੱਥੋਂ ਕਿਤੋਂ ਆਪਣੇ ਜਿਹੜੇ ਲੜਦਾ ਫਾਸਲਾ ਵੱਧ ਘੱਟ ਹੋਊ ਆਪਣੇ ਲੜਦੇ ਜਿਹੜੇ ਫਾਸਲੇ ਨੂੰ ਆਪਾਂ ਸੈੱਟ ਕਰ ਲੈਣਾ ਹੈ, ਸਫਾਈ ਕਰਨੀ ਹੁਣ ਸਫਾਈ ਕਰ ਲੈਣੀ ਹੈ, ਸ਼ੇਪ ਸੈੱਟ ਕਰਨੀ। ਵੀਡੀਓ ਵਧੀਆ ਲੱਗੀ ਵੀਡੀਓ ਦੇਖਣ ਲਈ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।